ਹਰਿਆਣਾ ਵਿੱਚ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਅਹਿਮ ਬੈਠਕ ਹੋਈ, ਜਿਸ ਦੌਰਾਨ ਹਰਿਆਣਾ ਦੇ ਬਜਟ ਇਜਲਾਸ ਦੀ ਮਿਆਦ ਵਿੱਚ ਤਬਦੀਲੀ ਕੀਤੀ ਗਈ। ਕਾਂਗਰਸੀ ਵਿਧਾਇਕ ਦਲ ਦੀ ਆਗੂ ਕਿਰਨ ਚੌਧਰੀ ਨੇ ਕਿਹਾ ਕਿ ਅੱਜ ਤੋਂ 27 ਤਰੀਕ ਤੱਕ ਹਰਿਆਣਾ ਦਾ ਬਜਟ ਇਜਲਾਸ ਚੱਲੇਗਾ, ਜਿਸ ਦੇ ਕਾਰਨ 25 ਨੂੰ ਬਜਟ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਇਜਲਾਸ ਦੌਰਾਨ 2 ਦਿਨ ਡਬਲ ਸਿਟਿੰਗ ਦੀ ਵਿਵਸਥਾ ਵੀ ਕੀਤੀ ਗਈ ਹੈ।